ਕੇਂਦਰ ਸਰਕਾਰ ਨੇ ਬਫਰ ਸਟਾਕ ਲਈ 71000 ਟਨ ਪਿਆਜ਼ ਦੀ ਖਰੀਦ ਕੀਤੀ ਹੈ ਬਫਰ ਸਟਾਕ ਰੱਖਣ ਦਾ ਮੰਤਵ ਮੌਨਸੂਨ ਦੇ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣਾ ਹੈ ਖਪਤਕਾਰ ਮਾਮਲੇ ਬਾਰਿਕ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 38.67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਚੱਲ ਰਹੀ ਹੈ ਇਸ ਤੋਂ ਇਲਾਵਾ ਚੌਲ ਅਤੇ ਦਾਲ ਦੀਆਂ ਕੀਮਤਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ ਮਹਿਕਮੇ ਮੁਤਾਬਕ 20 ਜੂਨ ਤੱਕ 70987 ਟਨ ਪਿਆਜ਼ ਖਰੀਦਿਆ ਜਾ ਚੁੱਕਾ ਹੈ ਪਿਛਲੇ ਬਾਰੇ 74071 ਟਨ ਪਿਆਜ਼ ਦੀ ਖਰੀਦ ਕੀਤੀ ਗਈ ਸੀ